सारे पिंड च के भाई कवर कर रहा ने वो मुंडे को 4500 रुपया दिता वाह कितना चंगा बंदा यार मैं क्यों क्यों दिखा के दे रहे हैं कि मैनू ऐ लोग बोलन के यार कितना चंगा बंदा है हुण जेड़ा आपा गुरुद्वारे मंदिरां च मसीतां च कमरे पुआ पुआ के ऊपर नाव लिखाउणे हैं जां कोई अपने बुजुर्ग चला गया भोग ते कोई पखा देता तां पखे ते 750 दा पखा है ते नाव आपा सारे टब्बर दा लिखा दिंदे हैं ਤਾਂ ਬਾਬਾ ਹੁਣ ਦੱਸ ਜੇ ਆਹ ਦਾਨ ਨਹੀਂ ਹੈ ਜਿਹੜਾ ਦਿਖਾ ਕੇ ਕੀਤਾ ਹੈ ਉਹ ਦਾਨ ਹੈ ਉਹ ਦਾਨ ਹੈ ਉਹ ਦਾਨ ਨਹੀਂ ਹੈ ਦਾਨ ਹਮੇਸ਼ਾ ਦਾਨ ਇਕੱਲਾ ਲਫ਼ਜ਼ ਹੀ ਨਹੀਂ ਹੈ ਇਹ ਗੁਪਤ ਦਾਨ ਹੈ ਦਾਨ ਉਹ ਆ ਜਿਹੜਾ ਦੇ ਕੇ ਭੁੱਲ ਗਿਆ ਤੇ ਕਿਸੇ ਨੂੰ ਪਤਾ ਵੀ ਨਾ ਲੱਗਿਆ ਕੌਣ ਕਿਹਦੇ ਲਈ ਕਦੋਂ ਕਿਵੇਂ ਕਿੱਥੇ ਕੀ ਕਰ ਗਿਆ ਮੈਨੂੰ ਲੱਗਦਾ ਵੀ ਦਾਨ ਉਹ ਹੋਊਗਾ ਜਿਹੜਾ ਜਿਹੜਾ ਭਗਵਾਨ ਦੀ ਨਿਗਾਹ 'ਚ ਆਉਂਦਾ ਹੋਊ ਕਿ ਯਾਰ ਹਾਂ ਆਹ ਬੰਦਾ ਦਾਨ ਕਰਕੇ ਗਿਆ ਆਹ ਤਾਂ ਆਪਾਂ ਡਾਉਣੀ ਪਿੜਦੇ ਹਾਂ ਆਹ ਤਾਂ ਆਪਾਂ ਡਾਉਣੀ ਪਿੜਦੇ ਹਾਂ ਇੱਥੇ ਹੁਣ ਇਹਨਾਂ 'ਚ 100-50 ਬੁੜੀਆਂ ਇਮੋਸ਼ਨਲ ਜਿਹੜੀਆਂ ਉਹਨਾਂ ਨੇ ਹੁਣੇ ਅੰਦਰ ਫੁਰਨਾ ਬਣਾ ਲਿਆ ਦੇਖ ਲਈ ਕਿੰਨਾ ਮਾਇਆ ਨਾ ਵੀ ਲੱਗ ਦੀ ਗਈ ਆਈ ਵੜਦਾ ਫਿਰਦਾ ਪਰ ਜਿਹੜਾ ਬੀਬੀ 2 ਲੱਖ ਲਿਆ ਉਹਦੇ 'ਚੋਂ 5000 ਵੜ ਦੂੰ ਮੇਰੇ ਗੋਲੀ ਨਹੀਂ ਵੱਜਦੀ ਮੈਂ ਨੰਗਾ ਚਿੱਟਾ ਹੋ ਕੇ ਤਾਂ ਤੁਹਾਡੇ ਸਾਹਮਣੇ ਪੇਸ਼ ਆ ਰਿਹਾ ਏਦਾਂ ਦੀਆਂ ਫੋਟੋ ਸਟੇਟਾਂ ਇੱਥੇ ਬਹੁਤ ਹੈ ਕਿ ਜਿਨ੍ਹਾਂ ਦੀਆਂ ਗੋਲਕਾਂ ਆਪਾਂ ਭਰਦੇ ਹਾਂ ਤੇ ਫਿਰ ਲਿਆ ਕੇ ਸਾਡੇ ਤੇ ਵੀ ਪੈਂਦੇ ਹੈ ਕਿਹੜਾ ਕਣਕ ਵੱਡੀ ਹੈ ਤਾਂ ਹੀ ਕਹਿੰਦਾ ਉਦੋਂ ਕਿਸੇ ਨੰਗੇ ਦਾ ਨੰਗੇ ਨੂੰ ਕੱਟ ਦੇ ਕਿਸੇ ਨੂੰ ਕਿਸੇ ਨੰਗੇ ਨੂੰ ਕੱਟ ਦੇ ਕੋਈ ਗਰੀਬ ਪਿੰਡ 'ਚ ਇੱਥੇ ਇਸੇ ਪਿੰਡ 'ਚ ਹੀ ਹੋਣਗੇ ਕੋਈ ਮਿਸਤਰੀ ਭਰਾ ਕੋਈ ਰਾਜ ਮਿਸਤਰੀ ਉਹਦੀਆਂ ਕੁੜੀਆਂ ਹੋਣਗੀਆਂ 3-4 ਰੋਜ਼ ਦਾ 300-400 ਕਮਾਉਂਦਾ ਉਹਦੀ ਕੁੜੀ ਦਾ ਵਿਆਹ ਉੱਥੇ ਲਾ ਨਾ ਬਾਬਾ ਭਾਵੇਂ ਲੋਕਾਂ ਨੂੰ ਦਿਖਾ ਕੇ ਲਾ ਦੇ ਉਹ ਲਾ ਤਾਂ ਸਹੀ ਨਾ ਉਸ ਕੰਮ ਤੇ ਤਾਂ ਜਿਹੜਾ ਮਰਜ਼ੀ ਕਨਸੈਪਟ ਛੇੜ ਲਓ ਧਰਮ ਦੇ ਮਸਲੇ 'ਚ ਆਪਣਾ ਤਿੰਨਾਂ ਘਰਾਂ ਦਾ ਹਿੰਦੂ ਭਰਾਵਾਂ ਦਾ ਵੀ ਮੁਸਲਮਾਨ ਭਰਾਵਾਂ ਦਾ ਵੀ ਸਿੱਖ ਭਰਾਵਾਂ ਦਾ ਵੀ ਆਪਾਂ ਪਲੂਟਡ ਹੋਏ ਪਏ ਯਾਰ ਆਪਾਂ ਗੰਦੇ ਹੋਏ ਪਏ ਹਾਂ ਆਪਣਾ ਦਾਨ ਵੀ ਗੰਦਾ ਹੋਇਆ ਪਿਆ ਆਪਾਂ ਰੌਲਾ ਪਾਉਣੇ ਆ ਪੱਖੇ ਤਾਂ ਨਾ ਔਰ ਇੱਕ ਹੋਰ ਲੜਕੀ ਦੇਖੋ ਮੂਰਲ ਹੋਣੇ ਆ ਸਵਰਗਵਾਸੀ ਫਲਾਨਾ ਸਿਓ ਸਵਰਗ ਤੈ ਬਾਬਾ ਕੋਈ ਉਹਨੂੰ ਟਿਕਟ ਕਰਾ ਕੇ ਦਿੱਤੀ ਆ ਬਿਜ਼ਨਸ ਕਲਾਸ ਦੀ ਜੋ ਸਵਰਗ ਚ ਗਿਆ
ਮੰਨ ਲਓ ਮੇਰਾ ਬਾਪ ਚਲਾ ਗਿਆ ਕੱਲ ਨੂੰ ਭੋਗ ਵੇਲੇ ਮੈਂ ਉੱਥੇ ਪਹਿਲਾਂ ਤਾਂ ਫੋਟੋ ਹੀ ਨਹੀਂ ਰੱਖਦੇ ਆ ਮਹਾਰਾਜ ਕੋਲੇ ਉਹ ਗਲਤ ਹੈ ਉੱਥੇ ਫਿਰ ਲਿਖਦੇ ਆ ਸਵਰਗਵਾਸੀ ਫਲਾਨਾ ਸਿਓ ਉੱਥੇ ਕਿਹਨੂੰ ਪਤਾ ਹੈ ਜੋ ਬੈਠਾ ਬਾਣੀ ਪੜ੍ਹ ਰਿਹਾ ਉਹਨੂੰ ਪਤਾ ਹੈ ਜਾਂ ਘਰ ਵਾਲਿਆਂ ਨੂੰ ਪਤਾ ਹੈ ਜਾਂ ਰਿਸ਼ਤੇਦਾਰਾਂ ਨੂੰ ਜਾਂ ਪਿੰਡ ਵਾਲਿਆਂ ਨੂੰ ਕਿਹਨੂੰ ਪਤਾ ਹੈ ਭਾਈ ਉਹ ਸਵਰਗਾਂ 'ਚ ਗਿਆ ਔਰ ਇਹਦੀ ਕੀ ਆਈਡੈਂਟੀ ਹੈ ਸਾਡੇ ਕੋਲ ਸਾਡੇ ਕੋਲ ਕੀ ਦਾਅਵਾ ਹੈ ਹੁਣੇ ਆਪਾਂ ਸਭਾ 'ਚ ਗੱਲ ਕਰਦੇ ਹਾਂ ਇਹ ਬੜੀ ਬੜੀ ਵੱਡੀ ਲੜਾਈ ਕਹੂੰਗਾ ਮੈਂ ਆਪਣੀ ਕਿ ਅਸੀਂ ਉਹੀ ਲਿਖਾ ਦਿੰਦੇ ਹਾਂ ਸਵਰਗਵਾਸੀ ਕੀ ਪਤਾ ਉਹ ਬਾਬਾ ਆਈ ਕਿਸੇ ਨੇ ਟੀਚਰ ਕੀਤੀ ਫਿਰ ਕਿਸੇ ਦਾ ਪਿੰਡ 'ਚ ਬਜ਼ੁਰਗ ਚੜ੍ਹਾਈ ਕਰ ਗਿਆ ਭੋਗ ਪੈ ਗਿਆ ਆਈ ਉਹਨੇ ਫੋਟੋ ਉੱਥੇ ਰੱਖੀ ਸਵਰਗਵਾਸੀ ਪੱਖਾ ਚੜ੍ਹਾਤਾ ਸਵਰਗਵਾਸੀ ਥੋੜ੍ਹੇ ਦਿਨਾਂ ਬਾਅਦ ਨਾਲ ਦੇ ਘਰਾਂ 'ਚ ਇੱਕ ਹੋਰ ਬਜ਼ੁਰਗ ਚਲਾ ਗਿਆ ਉਹਦਾ ਮੁੰਡਾ ਆ ਗਿਆ ਪਹਿਲਾਂ ਵਾਲੇ ਬਜ਼ੁਰਗ ਦੇ ਮੁੰਡੇ ਦੇ ਘਰੇ ਕਹਿੰਦਾ ਜੀ ਰੱਬ ਦਾ ਟੈਲੀਫੋਨ ਨੰਬਰ ਚਾਹੀਦਾ ਸੀ ਉਹ ਕਹਿੰਦਾ ਜੀ ਕੀ ਚੱਕਰ ਉਹ ਕਹਿੰਦਾ ਯਾਰ ਤੁਹਾਡੇ ਪਾਪਾ ਜੀ ਸਵਰਗ 'ਚ ਗਏ ਸੀ ਨਾ ਤੁਸੀਂ ਲਿਖਿਆ ਸੀ ਪੱਖੇ 'ਤੇ ਤੁਸੀਂ ਕਿਸੇ ਨੂੰ ਪੁੱਛਿਆ ਹੋਊਗਾ ਨਾ ਰੱਬ ਨੂੰ ਵੀ ਬਾਬਾ ਜੀ ਸਾਡਾ ਬੰਦਾ ਕਿੱਥੇ ਆਇਆ ਕਹਿੰਦਾ ਮੈਨੂੰ ਆਇਆ ਵੀ ਮੈਂ ਵੀ ਸਾਡੇ ਬਜ਼ੁਰਗ ਦਾ ਪੁੱਛ ਲਾ ਕਿੱਥੇ ਆਇਆ ਕੀ ਜਵਾਬ ਆ ਬਾਬਾ ਇਹ ਰੀਸ ਦੀ ਘਲੀਸ ਵਾਲੀਆਂ ਗੱਲਾਂ ਹੈ ਕਿ ਭਾਈ ਸਾਡੇ ਦਾਦੇ ਕਰਦੇ ਸੀ ਫਿਰ ਸਾਡੇ ਭਾਪਿਓ ਨਹੀਂ ਕਰਦੇ ਸੀ ਹੁਣ ਅਸੀਂ ਕਰਾਂਗੇ ਗਾਂਹ ਜਵਾਕਾਂ ਤੋਂ ਵੀ ਕਰਾਵਾਂਗੇ ਪਰ ਕੋਈ ਉਹਦੇ ਪਿੱਛੇ ਕੋਈ ਦਲੀਲ ਜ਼ਰੂਰ ਹੋਣੀ ਚਾਹੀਦੀ ਹੈ ਬਾਬਾ ਆਪਾਂ ਉਸ ਕੌਮ ਵਾਲੇ ਹੈ ਕਿ ਹਰ ਇੱਕ ਵਾਹ ਦੇ ਪਿੱਛੇ ਦਲੀਲ ਹੈ ਸਾਡੇ ਕਿ ਠੋਕ ਕੇ ਮਾਰਦਾ ਚੱਕ ਭਾਈ ਇੱਦਾਂ ਕਹਿੰਦੇ ਹੈ ਆਈ ਤੇ ਹੁਣ ਸਵਰ ਔਰ ਆਪਾਂ ਸਿਰ ਮਾਰਨਾ ਵੀ ਉਸ ਤੋਂ ਬਾਅਦ ਵੀ ਆਪਾਂ ਹਟਣਾ ਥੋੜ੍ਹੇ ਜਿਹੇ ਬਾਬਾ ਹਟਾ ਚੱਕ ਤਾਂ ਦਿਉ ਕੰਮ ਨੂੰ ਕੰਮ ਤਾਂ ਚੱਕਿਆ ਹੀ ਪਿਆ ਕੰਮ ਤਾਂ ਪੰਜ ਸੱਤ ਸਾਲ ਠਹਿਰ ਅਜੇ ਹੋਰ ਚੱਕਿਆ ਜਾਊਗਾ ਜਿਹੜੇ ਹਿਸਾਬ ਨਾਲ ਕੁੱਤੀਆਂ ਕੰਧਾਂ 'ਤੇ ਚਾਲੀਆਂ ਪਈਆਂ ਪੰਜ ਸੱਤ ਸਾਲ Thank you.